ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦੀਆਂ ਆ ਗਈਆਂ ਅਤੇ ਸਰਦੀਆਂ ਨੂੰ ਲੈ ਕੇ ਲੋਕਾਂ 'ਚ ਬਹੁਤ ਹੀ ਕਰੇਜ਼ ਦੇਖਣ ਨੂੰ ਮਿਲਦਾ ਹੈ, ਅਤੇ ਕਿਸੇ ਦਾ ਸ਼ੌਂਕ ਹੁੰਦਾ ਹੈ ਬਰਫ਼ ਨਾਲ ਖੇਡਣਾ, ਅਤੇ ਕਿਸੇ ਦਾ ਸ਼ੌਂਕ ਹੁੰਦਾ ਹੈ ਖੁੱਲ੍ਹੀ ਵਾਦੀਆਂ ਵਿੱਚ ਬੈਠ ਕੇ ਕਾਹਵਾ ਪੀਣਾ ਜਾਂ ਕੌਫੀ ਪੀਣੀ ਅਤੇ ਜਾਂ ਚਾਹ ਪੀਣੀ। ਸਾਰਿਆਂ ਦੇ ਕੁਛ ਨਾ ਕੁਛ ਪਲੈਨਸ ਤਾਂ ਹੁੰਦੇ ਨੇ, ਅਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਵੀ ਕੋਈ ਨਾ ਕੋਈ ਪਲੈਨਸ ਤਾਂ ਕੀਤੇ ਹੋਣੇ ਨੇ ਪੱਕਾ। ਅਤੇ ਜੇ ਕਿਸੇ ਨੇ ਨਹੀਂ ਵੀ ਕੀਤੇ ਨੇ, ਅਗਰ ਕੋਈ ਟਰੈਵਲਿੰਗ 'ਤੇ ਜਾਣਾ ਵੀ ਚਾਹੁੰਦਾ ਹੈ, ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਦੂਰ ਨਹੀਂ ਜਾਣਾ, ਤਾਂ ਕੋਲ ਵਾਲੀ ਜਗ੍ਹਾ 'ਤੇ ਚੱਲ ਜਾਓ, ਪਤਨੀਟਾਪ ਚੱਲ ਜਾਓ, ਨੱਥਾ ਟਾਪ ਚੱਲ ਜਾਓ। ਅਤੇ ਜੇ ਕਿਸੇ ਦੇ ਪਲੈਨ ਕਸ਼ਮੀਰ ਜਾਣ ਦੇ, ਤਾਂ ਮੈਂ ਤੁਹਾਨੂੰ ਦੱਸਦਾ ਪਹਿਲਗਾਮ ਚੱਲ ਜਾਓ ਐਂਡ ਗੁਲਮਰਗ ਚੱਲ ਜਾਓ। ਅਗਰ ਔਰ ਕੋਲ ਜਾਣਾ ਥੋੜ੍ਹੀ ਕਸ਼ਮੀਰ ਤੋਂ ਅੱਗੇ ਪਹਿਲੇ ਜਾਣਾ ਤਾਂ ਡੋਡਾ ਚੱਲ ਜਾਓ, ਕਿਸ਼ਤਵਾੜ ਚੱਲ ਜਾਓ। ਅਤੇ ਅਗਰ ਮੈਂ ਤੁਹਾਨੂੰ ਦੱਸਦਾ ਅਗਰ ਤੁਹਾਡੇ ਇੰਟਰਨੈਸ਼ਨਲ ਪਲੈਨ, ਤਾਂ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹਾਂਗੀ ਕਿ ਤੁਹਾਨੂੰ ਇੰਟਰਨੈਸ਼ਨਲ ਪਲੈਨਸ 'ਤੇ ਜਾਣਾ ਪੈ ਜਾਏਗਾ ਬਹੁਤ ਹੀ ਮਹਿੰਗਾ, ਕਿਉਂਕਿ ਇੱਥੇ ਦੇ ਟਰੈਵਲਿੰਗ ਰੂਟਸ ਜੋ ਹਨ ਬਹੁਤ ਹੀ ਮਹਿੰਗੇ ਹੋ ਗਏ ਨੇ। ਅਤੇ ਟਰੈਵਲਿੰਗ ਰੂਟ ਦੀ ਗੱਲ ਕਰਾਂ, ਮੈਂ ਆਟੋ ਜਾਂ ਬੱਸ ਦੀ ਗੱਲ ਨਹੀਂ ਕਰ ਰਹੀ, ਮੈਂ ਗੱਲ ਕਰ ਰਹੀ ਹਾਂ ਏਅਰਲਾਈਨਸ ਦੀ, ਏਅਰ ਜੋ ਰੂਟਸ ਹਨ ਉਹਨਾਂ ਦੀ। ਪਿਛਲੀ ਵਾਰ ਤੋਂ ਇਸ ਵਾਰ ਜੋ ਟਿਕਟਸ ਦੇ ਰੇਟ ਨੇ ਉਹ 3 ਗੁਣਾ ਵਧਾ ਦਿੱਤੇ ਗਏ ਨੇ। ਅਤੇ ਮੈਂ ਗੱਲ ਕਰਾਂਗੀ ਦਿੱਲੀ ਤੋਂ ਪੈਰਿਸ ਦੀ। ਪਿਛਲੀ ਵਾਰ ਦਸੰਬਰ 2018 ਵਿੱਚ ਉੱਥੇ ਦੀ ਟਿਕਟ ਦਾ ਰੇਟ ਸੀ 40,020, ਅਤੇ ਇਸ ਵਾਰ ਉਹਨਾਂ ਨੇ ਬੜਾ ਕੇ ਕਰ ਦਿੱਤਾ 1,14,442। ਅਤੇ ਅਗਰ ਮੈਂ ਗੱਲ ਕਰਾਂ ਮੁੰਬਈ ਟੂ ਲੰਡਨ ਦੀ, ਪਿਛਲੀ ਵਾਰ ਸੀ 53,000 ਟਿਕਟ ਦਾ ਰੇਟ, ਬਟ ਇਸ ਦਸੰਬਰ ਉਹਨਾਂ ਨੇ ਵਧਾ ਕੇ ਕਰ ਦਿੱਤਾ 1,23,021। ਔਰ ਅਗਰ ਮੈਂ ਕਰਾਂ ਦਿੱਲੀ ਤੋਂ ਨਿਊਯਾਰਕ ਦੀ ਗੱਲ, ਤਾਂ ਪਿਛਲੀ ਵਾਰ ਸੀ 58,000 ਰੇਟ ਟਿਕਟ ਦਾ, ਇਸ ਵਾਰ ਹੋ ਗਿਆ 1,58,406। ਇਸ ਕਰਕੇ ਇੰਟਰਨੈਸ਼ਨਲ ਰੂਟਸ ਤੁਹਾਡੇ ਲਈ ਹੋ ਗਏ ਨੇ ਬਹੁਤ ਮਹਿੰਗੇ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਐਡਵਾਈਸ ਦੇਣਾ ਚਾਹਾਂਗੀ, ਅਗਰ ਤੁਸੀਂ ਅਗਲੀ ਵਿੰਟਰਸ ਲਈ ਪਲੈਨ ਕਰ ਰਹੇ ਹੋ ਜਾਣਾ, ਤਾਂ ਮੈਂ ਦੱਸਦਾ ਤੁਹਾਨੂੰ 6 ਮਹੀਨੇ ਪਹਿਲੇ ਹੀ ਸੋਚਣਾ ਸ਼ੁਰੂ ਕਰ ਦਿਉ। 6 ਮਹੀਨੇ ਪਹਿਲੇ ਹੀ ਪਲੈਨ ਬਣਾ ਲਓ, ਆਪਣੀ ਡਾਇਰੀਜ਼ 'ਤੇ ਲਿਖ ਲਓ ਤੁਸੀਂ ਕਿਸ ਜਗ੍ਹਾ 'ਤੇ ਜਾਣਾ ਹੈ, ਆਪਣਾ ਵੀਜ਼ਾ ਪਹਿਲੇ ਅਪਲਾਈ ਕਰ ਲਓ, ਵੀਜ਼ਾ ਲਈ ਕੀ ਰਿਕੁਆਇਰਮੈਂਟਸ ਨੇ ਉਹ ਪਹਿਲੇ ਵੇਖ ਲਓ ਚੰਗੀ ਤਰ੍ਹਾਂ, ਤਾਂ ਕਿ ਜਦੋਂ ਤੁਸੀਂ ਐਟ ਟਾਈਮ ਤੁਹਾਨੂੰ ਜਾਣਾ ਪਏ ਤਾਂ ਤੁਹਾਨੂੰ ਮੁਸ਼ਕਿਲ ਨਾ ਹੋਏ, ਤੁਹਾਡਾ ਵੀਜ਼ਾ ਨਾ ਆਇਆ ਹੋਏ, ਟਿਕਟ ਤੁਸੀਂ ਪਹਿਲੇ ਕਰਾ ਦਿੱਤੀ ਹੋਏ। ਇਸ ਕਰਕੇ ਟਿਕਟ ਵੀ ਟਾਈਮ ਦੀ ਕਰਾਓ, ਅਗਰ ਤੁਹਾਡਾ ਉਸ ਜਗ੍ਹਾ 'ਤੇ ਪਹਿਲੇ ਕੋਈ ਗਿਆ ਹੈ ਉਹਦੇ ਨਾਲ ਗੱਲਬਾਤ ਕਰੋ, ਉਹਦੇ ਨਾਲ ਹੋਟਲ ਬਾਰੇ ਗੱਲ ਕਰੋ ਕਿ ਕਿਹੜੇ ਹੋਟਲ ਤੁਹਾਡੇ ਲਈ ਜੋ ਠੀਕ ਰਹਿਣਗੇ। ਇਸ ਕਰਕੇ 6 ਮਹੀਨੇ ਪਹਿਲੇ ਹੀ ਪਲੈਨਿੰਗ ਕਰਨਾ ਸ਼ੁਰੂ ਕਰ ਦਿਉ। ਅਤੇ ਜੇ ਜਿਨ੍ਹਾਂ ਨੇ ਪਲੈਨ ਕਰ ਦਿੱਤਾ ਹੈ, ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਾਂਗੀ ਜਿਨ੍ਹਾਂ ਨੇ 6 ਮਹੀਨੇ ਪਹਿਲੇ ਹੀ ਟਿਕਟਾਂ ਦਿੱਤੀਆਂ। ਇੰਜੋਏ ਕਰੋ ਆਪਣੀ ਵਿੰਟਰਸ ਨੂੰ, ਮਜ਼ੇ ਕਰੋ ਐਂਡ ਸੇਫ ਐਂਡ ਹੈਪੀ ਜਰਨੀ। ਅਤੇ ਜਿਨ੍ਹਾਂ ਨੇ ਨਹੀਂ ਵੀ ਕੀਤਾ, ਤਾਂ ਦੁਖੀ ਹੋਣ ਦੀ ਕੋਈ ਗੱਲ ਨਹੀਂ ਹੈ, ਤੁਸੀਂ ਪਤਨੀਟਾਪ ਚੱਲ ਜਾਓ।